ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਫਲਾਈਓਵਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਜੇਸੀਬੀ ਮਸ਼ੀਨ ਦੇ ਨਾਲ ਚਿੱਟੇ ਰੰਗ ਦੀ ਕਾਰ ਦੀ ਸਾਹਮਣੇ ਤੋਂ ਟੱਕਰ ਹੋਈ। ਇਸ ਮੌਕੇ ਕਾਰ ਦੇ ਪਰਖੱਚੇ ਉੱਡ ਗਏ। ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਦੂਸਰੇ ਸਾਥੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੋਗਾ ਦੇ ਸਿੱਧੂ ਹਸਪੀਟਲ ਦੇ ਸਾਹਮਣੇ ਫਲਾਈਓਵਰ ਦੇ ਉੱਪਰ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਹ ਹਾਦਸਾ ਹੋਇਆ। ਦੋਵੇਂ ਵਾਹਨਾਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ। ਜ਼ਖਮੀ ਕਾਰ ਸਵਾਰ ਨੂੰ ਮੋਗਾ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਜੇਸੀਬੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਲੋਕਾਂ ਦੀ ਭੀੜ ਇਕੱਤਰ ਹੋਈ, ਜਿਨ੍ਹਾਂ ਨੇ ਮਸਾਂ ਹੀ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ। ਇੱਕ ਨੇ ਤਾਂ ਮੌਕੇ ਤੇ ਹੀ ਦਮ ਤੋੜਿਆ, ਜਦਕਿ ਦੂਸਰਾ ਕਾਰ ਸਵਾਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪੁੱਜੀ ਪੁਲਿਸ ਨੇ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ। ਮੋਗਾ ਦੇ ਸਿੱਧੂ ਹਸਪਤਾਲ ਦੇ ਸਾਹਮਣੇ ਫਲਾਈਓਵਰ ਤੇ ਇਹ ਖਤਰਨਾਕ ਸੜਕੀ ਹਾਦਸਾ ਹੋਇਆ। ਮੈਂ ਰਾਮ ਸਿਧਾਰੇ। ਐਕਸੀਡੈਂਟ ਹੋਇਆ ਜਦੋਂ ਖੜਕਾ ਹੋਇਆ ਜੀ, ਤੇ ਨਾਲ ਹੀ ਜਦੋਂ ਗੇਟ ਖੋਲ ਕੇ ਬੱਚੇ ਸਾਰੇ ਚੀਕਾਂ ਮਾਰਨ ਲੱਗੇ, ਪਾਪਾ ਐਕਸੀਡੈਂਟ ਹੋ ਗਿਆ, ਐਕਸੀਡੈਂਟ ਹੋ ਗਿਆ। ਮੈਂ ਬਾਹਰ ਬਚਿਆ, ਗੇਟ ਖੋਲ ਕੇ ਜਦੋਂ ਬਾਹਰ ਆਇਆ, ਇੱਕ ਬੰਦਾ ਇੱਥੇ ਤਾਂ ਬਹੁਤ ਬਿਲਕੁਲ ਖਤਮ ਸੀਗਾ, ਦੂਜਾ ਗੱਡੀ ਦੇ ਵਿੱਚ ਸੀਗਾ। ਅਸੀਂ ਸੀਗੇ ਦੋ ਚਾਰ ਪੰਜ ਬੰਦੇ ਹੋਰ ਸੀਗੇ ਇੱਥੇ ਸਿੱਧੂ ਹਸਪੀਟਲ ਦੇ ਜਿਹੜੇ ਕੰਮ ਕਰਨ ਵਾਲੇ ਸੀ, ਕੋਈ ਮਰੀਜ਼ ਵਾਲਾ ਬੰਦਾ ਸੀ, ਉਹ ਆਏ ਸਾਰੇ ਨੇ ਮਿਲ ਕੇ ਇੱਕ ਬੰਦੇ ਨੂੰ ਬਾਹਰ ਕੱਢਿਆ, ਹਸਪੀਟਲ ਭੇਜਿਆ। ਤੇ ਦੂਜੇ ਹੁਣ ਐਂਬੂਲੈਂਸ ਵਾਲੇ ਆ ਗਏ, ਆਪਣੇ ਜਾਨ ਬਚਾ ਲਈ, ਇੱਕ ਬੰਦੇ ਜਾਨ ਬਚਾ ਲਈ, ਆਪਣੇ ਮੁਲਾਜ਼ਮ ਸਾਹਿਬ ਆ ਗਏ, ਸਾਰੀ ਇਨਕੁਆਇਰੀ ਕਰਦੇ ਪਏ, ਇੱਕ ਲਾਸ਼ ਵੀ ਗੱਡੀ 'ਚ ਰੱਖੀ ਹੈ। ਖੜਕਾ ਸੁਣਿਆ ਜੀ, ਭੱਜ ਕੇ ਸਿੱਧੂ ਹਸਪੀਟਲ ਤੇ ਆਪਣੀ ਮਾਤਾ ਐਡਮੈਨ ਆ, ਅਸੀਂ ਭੱਜ ਕੇ ਦੁਬਾਰਾ ਉੱਥੋਂ ਆਏ ਜੀ, ਤੇ ਭੱਜ ਕੇ ਆ ਕੇ ਦੇਖਿਆ ਜੀ ਗੱਡੀ ਦਾ ਕੱਲਾ ਕੱਲਾ ਜੀ ਸਾਰਾ ਕੁਝ ਖਿੰਡਰਿਆ ਪਿਆ, ਸਾਨੂੰ ਪਤਾ ਲੱਗਿਆ ਗੱਡੀ ਵੱਜ ਗਈ ਨਾ, ਅਸੀਂ ਕਿਰਮ ਭੱਜੇ ਜੀ ਉੱਥੇ, ਇੱਕ ਮੁੰਡੇ ਦੀ ਤਾਂ ਬਾਂਹ ਹੀ ਨਾਲ ਹੈਗੀ, ਇੱਕ ਬਾਂਹ ਇੱਧਰ ਬਾਂਹ ਸਾਰੀ ਕੱਢੀ ਗਈ ਜੀ, ਉਹਦੀ ਕਿਹਾ ਪਿਆ ਸੀਗਾ, ਦੂਜੇ ਨੂੰ ਅਸੀਂ ਕੱਢਿਆ ਵਿੱਚੋਂ ਜੀ, ਦੂਜੇ ਨੂੰ ਗੱਡੀ ਦੇ ਵਿੱਚੋਂ ਕੱਢਿਆ, ਕੱਢ ਕੇ ਰਜੀਵ ਹਸਪੀਟਲ ਪਹੁੰਚਾਇਆ, ਐਡਮਿਟ ਕਰਤਾ ਜੀ ਉਹਨੂੰ ਹਸਪੀਟਲ ਪਹੁੰਚਾਇਆ। ਛੱਡ ਦਿਓ, ਛੱਡ ਦਿਓ ਕੋਈ ਨਹੀਂ। ਐਕਸੀਡੈਂਟ ਹੋਇਆ, ਕਿਵੇਂ ਹੋਇਆ ਸਾਰਾ, ਫਿਰ ਕਿੰਨੇ ਜ਼ਖਮੀ ਹੋਏ? ਇੱਕ ਨਾ ਕਾਰ ਆ ਰਹੀ ਸੀ ਲੁਧਿਆਣਾ ਸਾਈਡ ਤੋਂ, ਚਿੱਟੇ ਰੰਗ ਦੀ ਅਮੇਜ ਗੱਡੀ ਆ ਇਹ, PB 29 AF 4175, ਚਿੱਟੇ ਰੰਗ ਦੀ। ਇੱਕ ਦੂਜੇ ਪਾਸਿਓ ਫਿਰੋਜ਼ਪੁਰ ਸਾਈਡ ਤੋਂ ਰੋਂਗ ਸਾਈਡ ਆ ਰਹੀ ਸੀ JVC ਮਸ਼ੀਨ, ਉਹਦੇ ਵਿੱਚ ਆਹਮੋ ਸਾਹਮਣੇ ਟੱਕਰ ਹੋਈ ਆ। ਕਾਰ ਦੇ ਵਿੱਚ ਦੋ ਜਣੇ ਸੀ, ਇੱਕ ਤਾਂ ਮੌਕੇ 'ਤੇ ਡੈਥ ਹੋ ਗਈ ਆ ਅਤੇ ਇੱਕ ਜਿਹੜਾ ਉਹ ਫਟੜਿਆ। ਇਹਦੇ ਬਾਰੇ ਤਾਂ ਅਜੇ ਪਤਾ ਅਸੀਂ ਕਰ ਰਹੇ ਹਾਂ, ਅਜੇ ਤਾਂ ਜਿਹੜੀ ਹੈਗੀ ਆ ਵੀ ਇੱਥੇ JVC ਮਸ਼ੀਨ ਪਾਸੇ ਕਰਾ ਰਹੇ ਵੀ ਹੋਏ ਨਾ ਕੋਈ ਹਾਦਸਾ ਹੋ ਜਾਵੇ। ਉਹ ਵੀ ਸੀਰੀਅਸ ਸੀ, ਤੇਜ਼ ਰਫ਼ਤਾਰ ਹੀ ਸੀ, ਨਹੀਂ ਉਹ ਭੱਜ ਗਿਆ ਮੌਕੇ ਤੋਂ। ਕਾਰਵਾਈ ਹੁਣ ਜਾਂਦੇ ਹਾਂ ਉੱਥੇ ਸਿਵਲ ਹੋਸਪਿਟਲ, ਬਿਆਨ ਲਿਖਦੇ ਹਾਂ, ਫਿਰ FIR ਲੌਂਚ ਕਰਾਂਗੇ। ਜੋ JVC, ਹਾਂਜੀ।